ਕੁਦਰਤ ਦਾ ਜਿਹੜਾ ਨਿਯਮ ਹੈ ਸਭ ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਜਿੱਦੇ ਤੱਤੀ ਤਵੀ ਤੇ ਗੁਰੂ ਅਰਜਨ ਦੇ ਬੈਠੇ ਸੀ ਐਂ ਸਰਰ ਸਰਰ ਕਰਕੇ ਸੜਿਆ ਸੀ ਮਾਸ ਜਿਵੇਂ ਤੇਰਾ ਸੜਦਾ ਹੈ। ਕੁਦਰਤ ਦੇ ਨਿਯਮ ਐਂ ਕੰਮ ਕਰਦੇ ਨੇ। ਜਿੱਦੇ ਸਾਹਿਬਜ਼ਾਦੇ ਨੀਹਾਂ 'ਚ ਖੜੇ ਸੀ ਚੱਪਣੀਆਂ ਲਾਣ ਵੇਲੇ ਜਿਵੇਂ ਸਾਡੇ ਖੂਨ ਨਿਕਲਦਾ ਹੈ ਐਂ ਨਿਕਲਿਆ ਸੀ। ਜਿਹੜੀ ਠੰਡ ਤੈਨੂੰ ਲੱਗਦੀ ਹੈ ਐਂ ਲੱਗਦੀ ਹੈ, ਜਿਵੇਂ ਕੰਡੇ ਪੈਰਾਂ 'ਚ ਤੇਰੇ ਵੱਜਦੇ ਐ ਐਂ ਗੁਰੂ ਗੋਬਿੰਦ ਸਿੰਘ ਦੇ ਵੱਜੇ ਐ। ਕੁਦਰਤ ਦਾ ਸਿਸਟਮ ਖਰਾਬ ਉਹ ਉਵੇਂ ਹੀ ਚੱਲਦਾ ਹੈ, ਪਰ ਜਿਹੜੀ ਚੀਜ਼ ਵੱਖ ਹੈ ਉਹਨਾਂ ਵਿੱਚ ਉਹ ਇਹ ਹੈ ਵੀ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਮੰਨਦੇ, ਆਪਾਂ ਮੰਨਦੇ ਹਾਂ ਬਸ ਆਹ ਫਰਕ ਹੈ। ਉਹ ਪਰਵਾਹ ਕਿਉਂ ਨਹੀਂ ਮੰਨਦੇ? ਕਿਉਂਕਿ ਅੰਦਰੋਂ ਸਟਰੋਂਗ ਨੇ, ਮਨ ਬਹੁਤ ਮਜ਼ਬੂਤ ਨੇ ਉਹਨਾਂ ਦੇ, ਅਸੀਂ ਅੰਦਰੋਂ ਕਮਜ਼ੋਰ ਹਾਂ। ਤੇ ਮਨ ਮਜ਼ਬੂਤ ਹੋਣਾ ਸੁਭਾਅ ਸੀ ਸਾਡਾ, ਉਹ ਗਿਆਨ ਲੈਂਦੇ ਸੀ। ਆਪਾਂ ਇੱਥੇ ਲੰਗਰ ਪ੍ਰਸ਼ਾਦਾ ਛਕੀ ਬਹੁਤੇ ਦਵਾਨਾਂ 'ਚ ਮੋੜੇ ਆਉਂਦੇ ਹਾਂ, ਹੁਣ ਫਤਿਹਗੜ੍ਹ ਸਾਹਿਬ ਸਭਾ ਲੰਘ ਕੇ ਹਟੀ ਹੈ। ਕਿੰਨੇ ਬੰਦੇ ਤੁਸੀਂ ਉਂਗਲਾਂ ਤੇ ਗਿਣ ਲਓਗੇ ਜਿਹੜੇ ਬੰਦੇ ਇਹ ਕਹਿਣਗੇ ਵੀ ਯਾਰ ਆਹ ਗੱਲ ਸੁਣ ਕੇ ਆਏ ਆ ਉੱਥੇ, ਆਹ ਕਿਤੇ ਵੀ ਨਹੀਂ ਤੁਸੀਂ ਵੇਖੋ। ਕਿੰਨੇ ਕੁ ਬੰਦੇ ਆ ਵੀ ਅਸੀਂ ਐਲ ਕੀ ਫਤਿਹਗੜ੍ਹ ਸਾਹਿਬ ਗਏ ਯਾਰ, ਗਏ ਹੋਰ ਸੀ ਮੁੜ ਕੇ ਤੇ ਹੋਰ ਹੀ ਆਏ ਆ, ਇੰਨਾ ਕੁਝ ਸਿੱਖਿਆ, ਇੰਨਾ ਕੁਝ ਸਿੱਖਿਆ ਹੈ ਹੀ ਨਹੀਂ ਕਿਤੇ। ਸਾਡੇ ਤੇ ਲੰਗਰਾਂ ਤੇ ਜ਼ੋਰ ਦਿੱਤਾ ਪਿਆ, ਹੁਣ ਤਿੰਨ ਦਿਨ ਰੋਕ ਰੋਕ ਕੇ ਧੱਕੇ ਨਾਲ, ਹੁਣ 2 ਕਿਲੋਮੀਟਰ ਤੇ ਕਿਹੜਾ ਛਕ ਲੂ, ਹੁਣ ਜਿਹੜਾ ਇੱਥੇ ਛਕ ਕੇ ਗਿਆ 2 ਕਿਲੋਮੀਟਰ ਤੇ ਫਿਰ ਭੁੱਖ ਲੱਗ ਜੂ ਉਹ। ਤੇ ਜੇ ਆਪਾਂ ਇੱਕ ਪਲਾਨ ਬਣਾਈਏ, ਆ ਰੋਡ ਜਾਂਦਾ ਭਵਾਨੀਗੜ੍ਹ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ, ਮੰਨ ਲਓ ਵੀ ਇਸ ਰੋਡ ਦੇ ਉੱਤੇ 50 ਲੰਗਰ ਲੱਗੇ ਸੀ, ਤੇ ਜੇ ਆਪਾਂ 50 ਲੰਗਰਾਂ ਦੇ ਵਿੱਚੋਂ 3-3 ਦਿਨ ਉਹਨਾਂ ਨੇ ਲੰਗਰ ਲਾਏ ਆ, ਤੇ ਜੇ ਆਪਾਂ ਵੰਡ ਲਈਏ ਇਹਨੂੰ ਵੀ 3 ਦਿਨ ਦਾ ਲੰਗਰ ਜਿਹੜਾ ਤੂੰ ਲਾਣਾ ਹੈ, 1 ਮਹੀਨੇ ਵਿੱਚ 7-8 ਦਿਨ ਲੰਗਰ ਲੱਗ ਜੂ, 7-8 ਦਿਨ ਹਰੇਕ ਮਹੀਨੇ ਲੱਗ ਜੂ, 1 ਸਾਲ ਵਿੱਚ 100 ਦਿਨ ਲੰਗਰ ਲੱਗ ਜੂ, ਨਾਲੇ ਕੰਮ ਆਊ ਕਿਸੇ। ਪਰ ਸਾਡੇ ਤੇ ਦਾਨ ਪੁੰਨ ਕਰ ਲਓ ਭਾਈ, ਕੱਢੋ 5-5 ਹਜ਼ਾਰ ਰੁਪਈਆ ਕਰ ਦਿਓ ਵੀ 5-5 ਲੱਖ ਇਕੱਠਾ, ਚਲੋ ਜੀ ਰੁਕ ਕੇ ਜਾਇਓ ਭਾਈ, ਬਸ ਆਹੀ ਕੁਛ ਚੱਲਦਾ ਸਾਡਾ। ਅਸਲ ਗੱਲ ਜਿਹੜੀ ਹੈ ਉਹਦੇ ਵੱਲ ਕਦੋਂ ਵਧਾਂਗੇ ਆਪਾਂ? ਉਹ ਨੀਹਾਂ 'ਚ ਖੜ ਕੇ ਰੋਟੀਆਂ ਖਾ ਕੇ, ਉਹ ਨੀਹਾਂ 'ਚ ਖੜ ਕੇ ਜਲੇਬੀਆਂ ਖਾ ਕੇ, ਉਹ ਨੀਹਾਂ 'ਚ ਖੜ ਕੇ ਗਜਰੇਲੇ ਖਾ ਕੇ, ਉਹ ਨੀਹਾਂ 'ਚ ਖੜ ਕੇ ਤਕੜੇ ਸੀ ਦਿਮਾਗ ਬੜੇ ਕੰਮ ਕਰਦੇ ਸੀ ਉਹਨਾਂ ਦੇ, ਅਕਲ ਬੜੀ ਕਮਾਲ, ਬੌਧਿਕ ਪੱਧਰ ਬਹੁਤ ਉੱਚਾ ਸੀ ਉਹਨਾਂ ਦਾ, ਉੱਚੇ ਬਹੁਤ ਸੀ ਬੌਧਿਕ ਪੱਧਰ। ਵਜੀਦਾ ਵਰਗੇ ਤੇ ਜ਼ੀਰੋ ਹੁੰਦੇ ਐ। ਮੈਂ ਕਹਿੰਦਾ ਤੇਰਾ ਬੌਧਿਕ ਪੱਧਰ ਐਸਾ ਹੋਵੇ ਆ ਲਾਲ ਬੱਤੀ ਵਾਲਾ ਮੰਤਰੀ ਪਾ ਕੇ ਚਿੱਟੇ ਕੱਪੜੇ ਜੈਕਟਾਂ ਪਾਈ ਫਿਰਦਾ ਹੈ, ਜ਼ੀਰੋ ਲੱਗੇ ਤੇਰੇ ਸਾਹਮਣੇ, ਐਸਾ ਬੌਧਿਕ ਪੱਧਰ ਹੋਵੇ ਤੇਰਾ। ਕੱਪੜਿਆਂ ਨਾਲ ਤੂੰ ਮੁਕਾਬਲਾ ਨਹੀਂ ਅਮੀਰਾਂ ਦਾ ਕਰ ਸਕਦਾ, ਗੱਡੀਆਂ ਨਾਲ ਅਮੀਰਾਂ ਦਾ ਕੀ ਮੁਕਾਬਲਾ ਕਰ ਲੈਣਾ, ਕੋਠੀਆਂ ਵਿੱਚ ਇਹਨਾਂ ਦਾ ਮੁਕਾਬਲਾ ਕੀ ਕਰ ਲੋਗੇ ਤੁਸੀਂ? ਗੁਰੂ ਸਾਹਿਬ ਦਾ ਕਿਲਾ ਐਡਾ ਵੱਡਾ ਨਹੀਂ ਸੀ ਜਿੰਨੇ ਬਾਦਸ਼ਾਹਾਂ ਦੇ ਕਿਲੇ ਵੱਡੇ ਸੀ, ਫੌਜਾਂ ਗੁਰੂ ਸਾਹਿਬ ਦੀਆਂ ਇੰਨੀਆਂ ਨਹੀਂ ਸੀ ਜਿੰਨੀਆਂ ਰਾਜਿਆਂ ਮਹਾਰਾਜਿਆਂ ਦੀਆਂ ਫੌਜਾਂ ਵੱਡੀਆਂ ਸੀ, ਸ਼ਸਤਰ ਉਹਨਾਂ ਕੋਲ ਜ਼ਿਆਦਾ ਵੱਡੇ ਸੀ, ਜ਼ਿਆਦਾ ਸੈਨਾ ਸੀ, ਮਹਿਲ ਬਹੁਤ ਵੱਡੇ ਸੀ, ਕੱਪੜੇ ਲੀੜੇ ਬਹੁਤ ਜ਼ਿਆਦਾ ਸੀ ਉਹਨਾਂ ਕੋਲ, ਪਰ ਸਤਿਗੁਰਾਂ ਦਾ ਬੌਧਿਕ ਪੱਧਰ ਐਡਾ ਉੱਚਾ ਸੀ ਕਿ ਸਾਹਮਣੇ ਆਉਂਦੇ ਸੀ ਤੇ ਲੱਤਾਂ ਕੰਬਦੀਆਂ ਸੀ ਵੀ ਜੇ ਆਹ ਪੁੱਛ ਲਿਆ ਜਵਾਬ ਕੀ ਦੇਣਾ ਹੈ। ਆਖੋ ਸਤਨਾਮ ਰਿਵਾਹ। ਹਾਂਜੀ ਪਿਆਰਿਓ ਧਿਆਨ ਇੱਧਰ ਰੱਖੋ, ਜੇ ਆਹ ਗੱਲ ਪੁੱਛ ਲਈ ਤੇ ਬੋਲਣਾ ਕਿੱਦਾਂ ਹੈ ਉਹਨਾਂ ਦੇ ਸਾਹਮਣੇ? ਲੱਤਾਂ ਕੰਬਣਗੀਆਂ ਖੜਿਆਂ ਦੀਆਂ। ਜੇ ਪੰਗਾ ਲੈ ਲਿਆ, ਸਾਡੇ ਵਰਗਾ ਸਿੱਖ ਜਦੋਂ ਜਾਂਦਾ ਸੀ ਨਾ ਗੁਰੂ ਗੋਬਿੰਦ ਸਿੰਘ ਕੋਲ, ਇੱਥੇ ਹੀ ਮੀਣੇ ਜੇ ਬਣ ਜਾਂਦੇ ਆ ਸੀ, ਸਾਡੇ ਇੱਥੇ ਐ ਕੰਮ ਚੱਲ ਜਾਂਦਾ ਹੈ। ਦੇਖਿਓ ਬਾਹਰ ਐ ਐ ਪੈਂਦੇ ਗਲ ਪੈਣ, ਇੱਥੇ ਐ ਬਸ ਭਿੱਜੀ ਬਿੱਲੀ, ਇੱਥੇ ਚੱਲਦਾ ਐ ਕੰਮ, ਇੱਥੇ ਸਾਰੇ ਹੀ ਆਪਾਂ ਐ ਸਾਰੇ ਬਾਹਰ ਐ ਫਿਰਦੇ ਆਪਾਂ, ਕਿਹੜਾ ਆਜੂ ਅੱਛਾ ਇੱਥੇ ਵੀ ਭਿੱਜੀ ਬਿੱਲੀ ਵਾਂਗੂ ਖੜੇ ਨੇ ਇੱਥੇ। ਗੁਰੂ ਸਾਹਿਬ ਤੋਂ ਤੇ ਐ ਚੱਲਦੇ ਸੀ ਸਾਰੇ ਵੀ ਜੇ ਉਹਨਾਂ ਦੇ ਸਾਹਮਣੇ ਖੜਿਆ ਤੇ ਮੈਨੂੰ ਪੁੱਛ ਲਿਆ ਤੇ ਮੈਂ ਲੱਗਿਆ ਨਾ ਜਦੋਂ ਦੋਗਲੀਆਂ ਜੀਆਂ ਗੱਲਾਂ ਕਰਨ, ਉਹਨਾਂ ਨੇ ਮਿੰਟ ਸਕਿੰਟ 5 ਨਹੀਂ ਲੱਗਣੇ, ਉਹਦੀ ਪੈਰੋਂ ਕੱਢ ਲੈਣੇ, ਉੱਥੇ ਹੀ ਫੜ ਲੈਣਗੇ ਮੈਨੂੰ। ਬੌਧਿਕ ਪੱਧਰ ਐਸਾ ਉੱਚਾ ਹੈ ਖੜਿਆ ਨਹੀਂ ਜਾਂਦਾ ਉਹਨਾਂ ਸਾਹਮਣੇ, ਬੋਲ ਕੇ ਨਾ ਲਓ। ਮੈਂ ਤੁਹਾਨੂੰ ਕਹਿ ਰਿਹਾ ਨਹੀਂ ਮੁਕਾਬਲਾ ਹੋਣਾ ਤੁਹਾਡੇ ਤੋਂ, ਆ ਰਾਜੇ ਮਹਾਰਾਜਿਆਂ ਦੀਆਂ ਗੱਡੀਆਂ, ਇਹਨਾਂ ਦਾ ਇਹਨਾਂ ਦੇ ਇਹ ਬਹੁਤ ਉੱਚੇ ਹੈ।
ਸਿੱਖ ਕੌਮੇ ਮੈਂ ਸਿੱਧਾ ਕਹਿ ਦਿਆਂ ਵੀ ਸਿੱਖ ਕੌਮੇ ਬੜੀ ਛੋਟੀ ਜੀ ਹੈ ਤੂੰ ਤੇਰੀ ਗਿਣਤੀ ਬਹੁਤ ਛੋਟੀ ਹੈ ਕਦੇ ਵੀ ਤੁਸੀਂ ਇਹਨਾਂ ਦੀ ਗਿਣਤੀ ਦਾ ਮੁਕਾਬਲਾ ਨਹੀਂ ਕਰ ਸਕਣਾ ਇਹਨਾਂ ਦੇ ਲੀਡਰਾਂ ਦਾ ਮੁਕਾਬਲਾ ਨਹੀਂ ਹੋਣਾ ਇਹਨਾਂ ਦੇ ਪੈਸੇ ਦਾ ਮੁਕਾਬਲਾ ਨਹੀਂ ਕਰ ਸਕਣਾ ਤੁਸੀਂ ਇਹ ਬਹੁਤ ਵੱਡੀ ਗਿਣਤੀ ਚ ਨੇ ਅਸੀਂ ਬਹੁਤ ਥੋੜੇ ਜਿਹੇ ਆ ਇੱਕੋ ਚੀਜ਼ ਹੈ ਜਿਹੜੀ ਤੁਹਾਨੂੰ ਉੱਚਾ ਕਰ ਸਕਦੀ ਹੈ ਉਹ ਹੈ ਬੌਧਿਕ ਪੱਧਰ ਦਿਮਾਗ ਉਹ ਤਾਂ ਤੁਹਾਡਾ ਸਾਡਾ ਤੁਹਾਡਾ ਤਾਂ ਉੱਚਾ ਹੋਣਾ ਹੈ ਗਿਆਨ ਗੁਰੂ ਦੇ ਸਿੱਖਾਂ ਸੀ ਕੋਈ ਪੱਥਰ ਨੂੰ ਮੰਨਦਾ ਹੈ ਕੋਈ ਪਿੱਪਲ ਨੂੰ ਮੰਨਦਾ ਹੈ ਕੋਈ ਸੱਪ ਨੂੰ ਗੁਰੂ ਮੰਨਦਾ ਹੈ ਕੋਈ ਇੰਨੇ ਦੇਵਤੇ ਬਣਾਈ ਫਿਰਦਾ ਹੈ ਯਾਰ ਸਾਡਾ ਗੁਰੂ ਗਿਆਨ ਨੌਲੇਜ ਸਮਝ ਇੱਕੋ ਹੀ ਚੀਜ਼ ਹੈ ਜਿਹੜੀ ਤੁਹਾਨੂੰ ਸਭ ਤੋਂ ਉੱਪਰ ਲਿਜਾ ਸਕਦੀ ਹੈ ਉਹ ਹੈ ਤੁਹਾਡਾ ਬੌਧਿਕ ਪੱਧਰ ਦਾ ਵਿਕਾਸ ਹੋਰ ਕੁਛ ਨਹੀਂ ਕਿਤੇ ਨਹੀਂ ਮੁਕਾਬਲਾ ਕਰ ਸਕਦੇ ਇਹ ਪੱਕੀ ਗੱਲ ਹੈ ਗਿਣਤੀ ਦੇ ਹਿਸਾਬ ਨਾਲ ਅਸੀਂ ਬਹੁਤ ਥੋੜੇ ਕਦੇ ਨਹੀਂ ਹੋ ਤੁਸੀਂ ਅਤ ਕਥਣੀਆਂ ਨਾ ਕਰਿਆ ਕਰੋ ਇਦਾਂ ਦੀਆਂ ਗੱਲਾਂ ਕਰਕੇ ਵੀ ਤੁਸੀਂ ਅਸੀਂ ਇਦਾਂ ਕਰ ਦਿਆਂਗੇ ਆਹ ਕਰ ਦਿਆਂਗੇ ਅਤ ਕਥਣੀਆਂ ਨੇ ਗਲਤ ਸਟੇਟਮੈਂਟਾਂ ਨਾ ਦੇ ਜਿਹੜਾ ਕੁਦਰਤ ਦਾ ਸਿਸਟਮ ਹੈ ਉਹ ਉਵੇਂ ਹੀ ਰਹਿਣਾ ਹੈ ਤੂੰ ਇਹ ਭੜਕ ਨਾ ਮਾਰ ਇਸ ਗੱਲ ਦੀ ਤੇਰੀ ਇੱਕ ਫੁਕਰੀ ਸਟੇਟਮੈਂਟ ਨੇ ਲੱਖਾਂ ਦਾ ਨੁਕਸਾਨ ਕਰਵਾ ਦੇਣਾ ਸਾਨੂੰ ਪਤਾ ਸਾਡੀ ਗਿਣਤੀ ਥੋੜੀ ਹੈ ਸਾਡੀ ਗਿਣਤੀ ਘੱਟ ਹੈ ਸਿੱਖਾਂ ਦੀ ਭਾਰਤ ਦੇ ਵਿੱਚ ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ ਸਾਡੀ ਗਿਣਤੀ ਥੋੜੀ ਹੈ ਸਾਨੂੰ ਸਿਰਫ ਇੱਕੋ ਗੱਲ ਕਰਕੇ ਇੱਕੋ ਹੀ ਚੀਜ਼ ਸਾਨੂੰ ਅੱਗੇ ਲਿਜਾ ਸਕਦੀ ਹੈ ਉਹ ਸਾਡਾ ਬੌਧਿਕ ਵਿਕਾਸ ਤੁਹਾਡੇ ਮਾਈਂਡ ਡਿਵੈਲਪ ਹੋਣ ਪਰਸਨੈਲਿਟੀ ਡਿਵੈਲਪ ਹੋਵੇ ਇਹਨੂੰ ਖੋਲ ਸਕਦੇ ਹਾਂ ਫਿਰ ਨਹੀਂ ਖੜ ਸਕਦਾ ਕੋਈ ਤੁਹਾਡੇ ਸਾਹਮਣੇ ਯਹੂਦੀ ਬਹੁਤ ਛੋਟੀ ਕੌਮ ਹੈ ਤੇ ਇਸ ਵੇਲੇ ਉਹਨਾਂ ਦੀ ਜਿਹੜੀ ਅਮਰੀਕਾ ਦੀ ਇਕਨੋਮੀ ਹੈ ਜਿਹੜੀ ਉਹ ਸਾਰੀ ਯਹੂਦੀਆਂ ਦੇ ਹੱਥ ਹੈ ਤੇ ਯਹੂਦੀਆਂ ਨੇ ਇੱਕੋ ਗੱਲ ਤੇ ਜ਼ੋਰ ਦਿੱਤਾ ਗੁਰਦੁਆਰਿਆਂ ਤੇ ਕਲਸਾਂ ਤੇ ਸੋਨੇ ਤੇ ਲੰਗਰਾਂ ਤੇ ਕੋਈ ਜ਼ੋਰ ਨਹੀਂ ਲਾਇਆ ਉਹਨਾਂ ਨੇ ਜ਼ੋਰ ਕੀ ਲਾਇਆ ਕਹਿੰਦੇ ਕਰੋੜ ਕ ਹੈ ਆ ਹਰੇਕ ਬੰਦਾ ਵੱਧ ਤੋਂ ਵੱਧ ਪੜ੍ਹੇ ਪਤਾ ਹੀ ਨਹੀਂ ਲੱਗਾ ਉਹ ਕਦੋਂ ਪੜ੍ਹਾਈ ਕਰ ਗਏ ਕਦੋਂ ਉਹ ਇਸ ਵੇਲੇ ਅਮਰੀਕਾ ਦੀ ਇਕਨੋਮੀ ਤੇ ਕਬਜ਼ਾ ਕਰ ਲਿਆ ਦਿਮਾਗ ਤੇਜ ਨੇ ਉਹਨਾਂ ਦਾ ਗਿਆਨ ਗੁਰੂ ਸਾਡਾ ਤੇ ਗੁਰੂ ਹੀ ਗਿਆਨ ਹੈ ਅਸੀਂ ਤੇ ਮੱਥਾ ਹੀ ਗਿਆਨ ਨੂੰ ਦੇਖਦੇ ਹਾਂ ਤਾਂ ਕਰਕੇ ਮੈਂ ਤੁਹਾਨੂੰ ਇੱਕੋ ਗੱਲ ਬਾਰ ਬਾਰ ਕਹਿ ਰਿਹਾ ਕਿ ਜਿਹੜਾ ਅਸੀਂ ਇੱਥੇ ਲੈ ਰਹੇ ਹਾਂ ਨਾ ਸੰਗਤ ਵਿੱਚ ਆ ਕੇ ਉਹ ਗਿਆਨ ਅੰਮ੍ਰਿਤ ਹੈ ਅਸੀਂ ਨਹੀਂ ਜਾਣਦੇ ਦੂਜਾ ਤੀਜਾ ਕਿਹੜਾ ਹੈ ਇੱਥੇ ਅਸੀਂ ਨਹੀਂ ਜਾਣਦੇ ਕੌਣ ਹੈ ਇੱਥੇ ਅਸੀਂ ਨਹੀਂ ਜਾਣਦੇ ਸਾਡੇ ਵਾਸਤੇ ਤੇ ਸਾਨੂੰ ਸਮਝ ਦਿਓ ਅਕਲ ਦਿਓ ਭਾਈ ਮੈਨੂੰ ਕੋਈ ਗੱਲ ਸਮਝਾਵੇ ਮੈਂ ਲੱਖ 'ਚ ਬਹਿ ਕੇ ਸੁਣਾ ਲੱਖ 'ਚ ਮੈਂ ਇਕੱਲਾ ਸੁਣਨ ਨੂੰ ਤਿਆਰ ਹਾਂ ਮੈਂ ਇਕੱਲਾ ਹੀ ਸੁਣ ਲੂੰ ਮੈਂ ਇਕੱਲਾ ਗੱਲ ਕਹਿਣ ਨੂੰ ਤਿਆਰ ਹਾਂ ਮੈਨੂੰ 10 ਲੱਖ ਦੀ 10 ਹਜ਼ਾਰ ਦੀ ਲੋੜ ਨਹੀਂ 10 ਬੰਦੇ ਸੁਣਨ ਜ਼ਰੂਰਤ ਨਹੀਂ ਇੱਕ ਹੀ ਸੁਣ ਲੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋਣਗੇ ਨਹੀਂ ਸੁਣਦੇ ਛੱਡੋ ਪਰੇ ਮੇਰਾ ਲੈਣਾ ਸੁਣੇ ਬਸ ਮੈਨੂੰ ਹੋਰ ਨਹੀਂ ਲੋੜ ਬਸ ਕੋਈ ਲੋੜ ਨਹੀਂ ਕਿੰਨੇ ਲੋਕਾਂ ਦੇ ਲੋਕਾਂ 'ਚ ਗੱਲ ਗਈ ਹੋਣੀ ਬਾਬਾ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਕਹਿੰਦੇ ਹੋਣਗੇ ਠੀਕ ਹੈ ਬਥੇਰਿਆਂ ਨਾਲ ਗੱਲ ਕੀਤੀ ਹੈ ਮੇਰੇ ਪੁੱਤ ਵੀ ਨਹੀਂ ਸੁਣਦੇ ਛੱਡੋ ਨਹੀਂ ਸੁਣਦੇ ਨਾ ਸੁਣੋ ਮੇਰਾ ਅਮਰਦਾਸ ਸੁਣਦਾ ਹੈ ਨਾ ਬਸ ਬਹੁਤ ਹੈ ਇੱਕ ਬੌਧਿਕ ਵਿਕਾਸ ਇਹਦਾ ਇਹਦੇ ਸਾਹਮਣੇ ਰਾਜਾ ਮਹਾਰਾਜਾ ਬੋਲ ਕੇ ਵਿਖਾਵੇ ਗੱਲ ਕਰਕੇ ਵਿਖਾਵੇ ਇਹਦੇ ਸਾਹਮਣੇ ਜਿਹੜਾ ਮਰਜ਼ੀ ਟੌਪਿਕ ਛੇੜੋ ਕਰੋ ਗੱਲ ਕਰ ਨਹੀਂ ਸਕਦਾ ਕੋਈ ਬੋਲ ਨਹੀਂ ਸਕਦਾ ਇਹਦੇ ਸਾਹਮਣੇ ਗੁਰੂ ਰਾਮਦਾਸ ਕਹਿੰਦੇ ਹੋਣਗੇ ਛੱਡੋ ਪਰੇ ਨਹੀਂ ਸੁਣਦਾ ਪਿਰਥੀ ਚੰਦ ਰਹਿਣ ਲੈਣ ਦਿਓ ਮਗਰੋਂ ਇਹਨੂੰ ਪੁੱਤ ਭਾਵੇਂ ਮੇਰਾ ਹੀ ਹੈ ਜੰਮਿਆ ਬੀਬੀ ਭਾਨੀ ਦੀ ਕੁੱਖੋਂ ਹੈ ਛੱਡ ਪਰੇ ਨਹੀਂ ਸੁਣਦਾ ਨਾ ਸੁਣਦੇ ਮੇਰਾ ਅਰਜਨ ਦੇਵ ਸੁਣਦਾ ਹੈ ਇਹ ਇਕੱਲਾ ਹੀ ਬਥੇਰਾ ਹੈ ਇਕੱਲਾ ਹੀ ਵਾਧੂ ਸਾਡੀ ਪ੍ਰੋਬਲਮ ਇਹ ਹੈ ਸਾਡੀ ਬਿਮਾਰੀ ਇਹ ਬਹੁਤ ਪਈ ਹੋਈ ਹੈ ਸਾਨੂੰ ਵੀ ਸਾਨੂੰ ਤੇ ਲੱਖ ਬੰਦਾ ਸੁਣ ਰਿਹਾ ਸਾਨੂੰ ਤੇ 50,000 ਸੁਣ ਰਿਹਾ ਛੱਡੋ 50,000 ਪੰਜ ਹੀ ਬਹੁਤ ਰਹਿ ਜਾਣਗੇ ਪੰਜ ਰਹਿ ਜਾਓ ਪੰਜ 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 ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੁਹਾਡੇ ਨਾਲ ਗੱਲ ਕਰਦਾ ਹਾਂ ਪੱਕੀ ਵੀ ਆਉਣ ਵਾਲੇ ਦੋਹਾਂ ਤਿੰਨਾਂ ਸਾਲਾਂ ਵਿੱਚ ਵੇਖਿਓ ਆਹ ਇਕੱਠ ਨਹੀਂ ਹੋ ਸਕਦਾ ਜਿਹੜੀ ਗੱਲ ਮੈਂ ਕਰਦਾ ਜਾਂ ਮੈਂ ਕਰਨੀ ਚਾਹੁੰਦਾ ਉਹ ਸਿਰਫ 50 ਹੀ ਸੁਣ ਸਕਣਗੇ ਤਾਂ ਇੰਨੇ ਨਹੀਂ ਸੁਣ ਸਕਣਗੇ ਇੰਨਿਆਂ ਦਾ ਦਿਲ ਨਹੀਂ ਪੈਣਾ ਵੀ ਅਸੀਂ ਸੁਣ ਲਈਏ ਸਿਰਫ 50 ਕਹਿਣਗੇ ਅਸੀਂ ਸੁਣਦੇ ਹਾਂ ਬਾਕੀਆਂ ਨੇ ਕਹਿਣਾ ਨਾ 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 ਅਸੀਂ ਨਹੀਂ ਸੁਣ ਸਕਦੇ
ਨਹੀਂ ਸੁਣੀ ਜਾਣੀ ਫਿਰ ਇਹ ਇਹਦੇ ਲਈ ਤੁਹਾਨੂੰ ਦਿਲ ਕੱਢਣਾ ਪੈਣਾ ਹੈ ਜਾਂ ਆ ਰੱਖ ਲਓ ਤੇ ਜਾਂ ਫਿਰ ਸੱਚ ਰੱਖ ਲਓ ਇੱਕ ਰੱਖੋ ਜਾਂ ਤੇ ਸੱਚ ਸੁਣਾਓ ਸੱਚ ਸੁਣਨ ਵਾਲੇ 50 ਹੋਣ ਜਾਂ ਫਿਰ ਐਡਾ ਐਡਾ ਇਕੱਠ ਰੱਖ ਲਓ ਏਡੀ ਦੁਨੀਆ ਉਹ ਕਿੱਥੇ ਤੱਕ ਬਈ 10,000 ਬੰਦਾ ਬਈ 20,000 ਬੰਦਾ ਉਹ ਹੋਣ ਜਿਹੜੇ ਸੁਣਦੇ ਐ ਤੇਰੇ ਉਹ ਹੋਣ ਯਾਰ ਆਪਣੇ ਉਹ ਉਹ ਇੱਕ ਉਹ ਬੰਦੇ ਆ ਇੱਕ ਸੋਚ ਦੇ ਇੱਕ ਜਮਾਤ ਦੇ ਮੈਂ ਕਹਿੰਦਾ ਹੁਣ ਚਲੋ ਹੁਣ ਗੱਲ ਕਰੋ ਵੇਖੋ ਕਈ ਗੱਡੀਆਂ ਚ ਆਏ ਹੋ ਨਾ ਬਹਿ ਕੇ ਹੁਣ ਗੱਡੀ ਦੇ ਵਿੱਚ ਤੁਸੀਂ 4 ਜੀ ਬੈਠੇ ਤੇ 4 ਜੀ ਕੌਣ ਨੇ ਆਪਣੇ ਨੇ ਤੇ ਜਿਹੜੇ ਉਹ 4 ਇੱਕ ਸੋਚਦੇ ਐ ਤੁਸੀਂ ਤੁਸੀਂ ਦਿੱਲੀ ਨੂੰ ਜਾਣਾ ਚਲੋ ਤੇ ਜੇ ਕੋਈ ਬਗਾਨਾ ਜਾਣੇ ਨਾ ਪਛਾਣੇ ਉਲਟ ਹੋਵੇ ਤੇਰੇ ਤੋਂ ਉਲਟ ਵਿਚਾਰਾਂ ਦਾ ਹੋਵੇ ਉਹਦੇ ਨਾਲ ਤੇ ਤੁਸੀਂ 5 ਮਿੰਟ ਨਹੀਂ ਬਹਿ ਸਕਦੇ ਤੇ ਅਗਲਾ ਪਤਾ ਕੀ ਕਹਿੰਦਾ ਮੈਨੂੰ ਗੱਡੀ 'ਚ ਭਾ ਕੇ ਲੈ ਕੇ ਚੱਲੋ ਮੈਂ ਤੁਹਾਡੇ ਨਾਲ ਦਿੱਲੀ ਤੱਕ ਜਾਣਾ ਆਪਾਂ ਕਹਿੰਦੇ ਰਹਿਣ ਦੇ ਯਾਰ ਤੂੰ ਪਰੇ ਵੀ ਤੂੰ ਤੇ ਸਾਡਾ ਵੀ ਸਵਾਦ ਖਰਾਬ ਕਰ ਦੇਂਗਾ ਆਖੋ ਸਤਨਾਮ ਵੀ ਸਾਡਾ ਵੀ ਸਵਾਦ ਖਰਾਬ ਕਰੇਗਾ ਤੂੰ ਵਿੱਚ ਬਹਿ ਕੇ ਤੇਰੇ ਹੁੰਦਿਆਂ ਤੇ ਅਸੀਂ ਗੱਲ ਹੀ ਨਹੀਂ ਕਰ ਸਕਦੇ ਤੂੰ ਪਰੇ ਜਾ ਪਰੇ ਤੂੰ ਵਿੱਚ ਬਹਿ ਜਾਏਗਾ ਸਾਡਾ ਵੀ ਸਵਾਦ ਖਰਾਬ ਕਰੇਗਾ ਘੱਟ ਤੋਂ ਘੱਟ 10 ਹੋਣ 20 ਹੋਣ ਹੋਣ ਦਿਓ ਜਿਨ੍ਹਾਂ ਦੀ ਸੁਰ ਰਲਦੀ ਹੋਵੇ ਹੋਣ ਤੇ ਉਹ ਜਿਹੜੇ ਗੱਲ ਸਮਝਦੇ ਹੋਣ ਹੋਣ ਤੇ ਉਹ ਜਿਨ੍ਹਾਂ ਦੀ ਮਨ ਇੱਕ ਹੋਵੇ 10 ਹੀ ਹੋਣ ਭਾਵੇਂ ਬਸ ਜੇ ਆ ਕੁਝ ਇਕੱਠਾ ਕਰਨ ਲੱਗਦੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਛੱਡਣਾ ਹੀ ਨਹੀਂ ਸੀ ਉਹਨਾਂ ਨੇ ਕਹਿਣਾ ਸੀ ਇੰਨਾ ਲੁੰਗ ਲਾਣਾ ਇਕੱਠਾ ਹੋਇਆ ਐਡਾ ਵੱਡਾ ਕਰਤਾਰਪੁਰ ਵਸਿਆ ਵਸਾਇਆ ਮੈਂ ਐਵੇਂ ਛੱਡ ਦਿਆਂ ਉਹਨਾਂ ਨੇ ਕਹਿਣਾ ਸੀ ਮੈਂ ਨਹੀਂ ਛੱਡਦਾ ਸਾਡੇ ਵਾਂਗੂ ਕੇਸ ਕਰ ਕਰਕੇ ਮਰ ਜਾਂਦੇ ਵੀ ਹਾਏ ਗੁਰਦੁਆਰਾ ਮੇਰਾ ਹੈ ਕਬਜ਼ਾ ਇਹਨੇ ਫਲਾਣੇ ਨੇ ਕਰ ਲਿਆ ਗੱਦੀ ਮੇਰੀ ਤੇ ਕਰਤਾਰਪੁਰ ਵੀ ਤੇ ਮੇਰਾ ਹੀ ਹੈ ਮਹਾਰਾ ਕਹਿੰਦੇ ਛੱਡ ਪਰੇ ਖਡੂਰ ਸਾਹਿਬ ਵਸਾਨੇ ਜਾ ਕੇ ਜਿੱਦੇ ਖਡੂਰ ਸਾਹਿਬ ਵਸ ਗਿਆ ਉੱਤੇ ਫਿਰ ਗੁਰੂ ਅਮਰਦਾਸ ਨੇ ਰੌਲਾ ਪਾ ਲੈਣਾ ਸੀ ਵੀ ਜਗ੍ਹਾ ਤੇ ਮੇਰੀ ਹੈ ਜਾਂ ਜਦੋਂ ਪੱਗ ਮੈਨੂੰ ਮਿਲੀ ਹੈ ਤੇ ਜਗ੍ਹਾ ਮੇਰੀ ਨਾ ਹੋਈ ਉਹ ਕਹਿੰਦੇ ਰਹਿਣ ਦਿਓ ਛੱਡੋ ਰੌਲਾ ਪਾਉਣ ਦੀ ਲੋੜ ਨਹੀਂ ਇਹਨਾਂ ਨੂੰ ਇੱਥੇ ਰਹਿਣ ਦਿਓ ਆਜੋ ਆਪਾਂ ਜਿਹੜੇ 15 ਜਣੇ ਹੈ ਨਾ ਆਜੋ ਚੱਲੀਏ ਆਪਾਂ ਜਾ ਕੇ ਗੋਇੰਦਵਾਲ ਵਸਾਉਂਦੇ ਹਾਂ ਉੱਥੇ ਬਹਿ ਕੇ ਗੱਲ ਕਰਾਂਗੇ ਸਾਨੂੰ ਸਵਾਦ ਉਹ ਗਿਆਨ ਦਾ ਆਉਂਦਾ ਸਾਨੂੰ ਬਿਲਡਿੰਗਾਂ ਸਵਾਦ ਨਹੀਂ ਦਿੰਦੀਆਂ ਸਾਨੂੰ ਬਿਲਡਿੰਗਾਂ ਨਹੀਂ ਸਵਾਦ ਦਿੰਦੀਆਂ ਇੱਥੇ ਸਾਨੂੰ ਜਗ੍ਹਾ ਨਹੀਂ ਸਵਾਦ ਦਿੰਦੀ ਸਾਡਾ ਸਾਡਾ ਸਵਾਦ ਹੈ ਗੱਲਬਾਤ ਦਾ ਆ ਵੇਖੋ ਨਾ ਹੁਣ ਆਪਾਂ ਇੱਥੇ ਗੱਲਾਂ ਕਰਦੇ ਆ ਮੰਡੀ ਸਵਾਦ ਦਿੰਦੀ ਸਾਨੂੰ ਆਪਾਂ ਗੱਲਾਂ ਕਰਦੇ ਆ ਆਪਾਂ ਭੈਣ ਭਰਾ ਬੈਠੇ ਕਰਦੇ ਆ ਚਲੋ ਉੱਥੇ ਖੇਤਾਂ 'ਚ ਬਹਿ ਕੇ ਕਰ ਲਾਂਗੇ ਉੱਥੇ ਵੀ ਸਵਾਦ ਆਹੀ ਆਊ ਚਲੋ ਕਿਸੇ ਵੱਟ ਤੇ ਬਹਿ ਕੇ ਕਰਦੇ ਆ ਉੱਥੇ ਵੀ ਆਹੀ ਆਊ ਜਿੱਥੇ ਮਰਜ਼ੀ ਬਹਿ ਜਾਓ ਉੱਥੇ ਹੀ ਉਹ ਸਵਾਦ ਆਉਣਾ ਗੱਲ ਹੈ ਉਹ ਉਹ ਸਮਝਦੀ ਉਹ ਪੱਧਰ ਐਸਾ ਹੋਵੇ ਆਓ ਪਿਆਰਿਓ ਉੱਚੇ ਹੋਈਏ ਗੁਰੂ ਸਾਡਾ ਬੜਾ ਹੀ ਉੱਚਾ ਹੈ ਸਾਨੂੰ ਮਹਾਰਾਜ ਬਹੁਤ ਉੱਚਾ ਕਰਨਾ ਚਾਹੁੰਦੇ ਨੇ ਨਾ ਨੀਵੇਂ ਗਿਰੀਏ ਬਾਰ 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 ਥੱਲੇ ਨਾ ਗਿਰੀਏ ਉੱਚੇ ਉੱਚੇ ਬਹੁਤ ਉੱਚੇ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰਾ ਉੱਚੇ ਹੋਵੋ